ਕਲ ਸਾਰਿਆਂ ਨੂੰ ਜੀ ਹਾਂਜੀ ਅੱਜ ਦੀਆਂ ਮੁਲਾਜ਼ਮਾਂ ਤੇ ਪੈਨਸ਼ਨਸ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਸੋ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜੀ ਰਿਕੁਐਸਟ ਹੈ ਜਿਨ੍ਹਾਂ ਨੇ ਇਸ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਰੈੱਡ ਬਟਨ ਕਲਿੱਕ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਨੂੰ ਰੋਜ਼ਾਨਾ ਦੇ ਅਪਡੇਟ notification ਇਸ ਚੈਨਲ ਦੇ ਉੱਪਰ ਮਿਲ ਸਕਣ ਸੋ ਸਾਡਾ ਜਿਹੜਾ ਮੇਨ ਮਕਸਦ ਹੈ ਉਹ ਵੱਖ-ਵੱਖ ਵਿਭਾਗਾਂ ਦੇ ਜਿੰਨੇ ਵੀ ਮੁਲਾਜ਼ਮ ਨੇ ਪੈਨਸ਼ਨਸ ਨੇ ਉਹਨਾਂ ਨਾਲ ਜੁੜੀਆਂ ਹਰ ਰੋਜ਼ ਦੀਆਂ ਖਬਰਾਂ ਤੁਹਾਡੇ ਤੱਕ ਪਹੁੰਚਾਉਣਾ ਹੈ ਸੋ ਜ਼ਿਆਦਾ ਸਮਾਂ ਨਹੀਂ ਲੈਂਦੇ ਆਪਾਂ ਅੱਜ ਦੀਆਂ ਖਬਰਾਂ ਸ਼ੁਰੂ ਕਰਦੇ ਆਂ ਹਾਂਜੀ ਸੋ ਸਟਾਰਟ ਕਰੀਏ ਪੰਜਾਬ ਵਿੱਚ ਹੱਡ ਕਮਾਉਣ ਵਾਲੀ ਠੰਡ ਨੂੰ ਵੇਖਦਿਆਂ ਸੂਬਾ ਸਰਕਾਰ ਨੇ ਪੰਜਾਬ ਦੇ ਸਕੂਲਾਂ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੂਬੇ ਵਿੱਚ 8 ਦਿਨ ਤੱਕ ਸਕੂਲ ਬੰਦ ਰਹਿਣਗੇ। ਸਿੱਖਿਆ ਵਿਭਾਗ ਦੇ ਡਾਇਰੈਕਟਰ ਨੇ ਇਸ ਸੰਬੰਧੀ ਬਕਾਇਦਾ ਹੁਕਮ ਵੀ ਜਾਰੀ ਕਰ ਦਿੱਤੇ ਹਨ। ਨੈਕਸਟ ਨਿਊਜ਼ ਹੈਗੀ ਹੈ ਜੀ ਪੰਜਾਬ ਦੇ ਡੀਜੀਪੀ ਦੀ ਨਿਯੁਕਤੀ ਬਾਰੇ। यूपीएससी ਭਲਕੇ 21 ਦਸੰਬਰ ਨੂੰ ਹੋਣ ਵਾਲੀ ਅਹਿਮ ਮੀਟਿੰਗ ਤੋਂ ਪਹਿਲਾਂ ਰਾਜ ਸਰਕਾਰ ਨੇ ਅੱਜ ਪੱਤਰ ਲਿਖ ਕੇ ਅਧਿਕਾਰੀਆਂ ਦੀ ਚੋਣ ਲਈ ਕੱਟਆਫ ਤਰੀਕ 30 ਨਵੰਬਰ 2021 ਰੱਖਣ ਉਤੇ ਜ਼ੋਰ ਪਾਇਆ ਹੈ ਜ਼ਿਕਰਯੋਗ ਹੈ ਕਿ ਡੀਜੀਪੀ ਦੇ ਅਹੁਦੇ ਲਈ ਤਿੰਨ ਅਧਿਕਾਰੀਆਂ ਨੂੰ ਕਮਿਸ਼ਨ ਭਲਕੇ ਸ਼ਾਰਟਲਿਸਟ ਕਰੇਗਾ ਪੰਜਾਬ ਸਰਕਾਰ ਨੇ ਪੱਤਰ ਲਿਖ ਕੇ ਕਿਹਾ ਕਿ ਅਧਿਕਾਰੀਆਂ ਦੀ ਚੋਣ ਵੇਲੇ ਯੋਗਤਾ ਦੇਖਦਿਆਂ ਸੇਵਾ ਮੁਕਤੀ ਦੀ ਤਰੀਕ ਮੂਹਰੇ ਕੱਟਆਫ ਡੇਟ ਇਸ ਨੰਬਰ ਰੱਖੀ ਜਾਵੇ ਇਸ ਤਰ੍ਹਾਂ ਕਰਨ ਨਾਲ ਮੌਜੂਦਾ ਡੀਜੀਪੀ ਸਤਾਰਤ ਚੱਟੋਪਾਈ ਅਹੁਦੇ ਦੀਆਂ ਸ਼ਰਤਾਂ ਪੂਰੀਆਂ ਕਰਨ ਦੇ ਯੋਗ ਹੋ ਜਾਣਗੇ ਨਿਯੁਕਤੀ ਦੀ ਸ਼ਰਤ ਹੈ ਕਿ ਅਧਿਕਾਰੀ ਦੀ ਸੇਵਾ ਮੁਕਤੀ ਨੂੰ ਘੱਟੋ ਘੱਟ 6 ਮਹੀਨੇ ਬਾਕੀ ਹੋਣੇ ਚਾਹੀਦੇ ਹਨ ਉਹਨਾਂ ਘੱਟੋ ਘੱਟ 2 ਸਾਲ ਡੀਜੀਪੀ ਦੇ ਅਹੁਦੇ ਉੱਤੇ ਬਣਿਆ ਰਹਿ ਸਕਦਾ ਹੈ ਦਸਨ ਯੋਗ ਹੈ ਕਿ ਚੱਟਿਓਪਾਈ 31 ਮਾਰਚ 2022 ਨੂੰ ਸੇਵਾਮੁਕਤ ਹੋਣਗੇ ਜੇਕਰ ਯੂਪੀ ਐਸਸੀ 30 ਨੰਬਰ ਨੂੰ ਕੱਟਆਫ ਤਰੀਕ ਰੱਖਣੀ ਤਿਆਰ ਹੋ ਜਾਂਦਾ ਹੈ ਤਾਂ ਤਿੰਨ ਅਧਿਕਾਰੀ ਸ਼ਾਰਟਲਿਸਟ ਹੋਣਗੇ ਉਹਨਾਂ ਵਿੱਚ ਸੀਨੀਅਰ ਤਾ ਮੁਤਾਬਕ ਸੁਦਾਰਤ ਚਟੋਪਾਈ ਦਿਨਕਰ ਗੁਪਤਾ ਤੇ ਵੀ ਕੇ ਭਾਵਣਾ ਹੋਣਗੇ ਜੇਕਰ ਸੀਨੀਅਰ ਤੇ ਵਿੱਚ ਦਿਨਕਰ ਗੁਪਤਾ ਵੀ ਕੇ ਭਾਵੜਾ ਤੇ ਪ੍ਰਬੋਧਨ ਕੁਮਾਰ ਦਾ ਨਾਮ ਹੋਵੇਗਾ ਗੁਪਤਾ ਤੇ ਕੁਮਾਰ ਦੋਵੇਂ ਕੇਂਦਰੀ ਸਰਕਾਰ ਨਾਲ ਪੋਸਟਿੰਗ ਮੰਗ ਚੁੱਕੇ ਹਨ ਸੋ ਇਹ ਜਿਹੜੀ ਨਿਊ ਸੀ ਪੰਜਾਬ ਦੇ ਡੀਜੀਪੀ ਦੀ ਨਿਯੁਕਤੀ ਦੇ ਨਾਲ ਸੰਬੰਧਿਤ ਸੀ ਸੋ ਇਸੇ ਤਰ੍ਹਾਂ ਸਾਰੀਆਂ ਅਪਡੇਟ ਖਬਰਾਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਸੋ ਨੈਕਸਟ ਵੀਡੀਓ ਦੇ ਵਿੱਚ ਜੋ ਸਾਡੇ ਕੋਲ ਬਾਅਦ ਦੁਪਹਿਰ ਦੀ ਕੋਈ ਵੀ ਅਪਡੇਟ ਆਉਂਦੀ ਹੈ ਚਾਹੀ ਉਹ ਮਲਾਜਮਾਨਾਂ ਨਾਲ ਸੰਬੰਧ ਰੱਖਦੀ ਹੋਵੇ ਚਾਹੀ ਪੈਨਸ਼ਨ ਦੇ ਨਾਲ ਤੁਹਾਡੇ ਨਾਲ ਅਸੀਂ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਸੋ ਜੁੜੇ ਰਹੋ ਸਾਡੇ ਚੈਨਲ ਜੀਨੀਅਸ ਸਟੱਡੀ ਹੱਬ ਨਾਲ ਤੇ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਰਚਨਾ ਦੀਆਂ ਤਾਜ਼ਾ ਖਬਰਾਂ ਤੁਸੀਂ ਸਾਡੇ ਚੈਨਲ ਤੇ ਸੁਣ ਸਕੋ ਧੰਨਵਾਦ ਜੀ